ਲਾਹੌਰ ਨੇੜੇ ਇੱਕ ਨਿੱਜੀ ਸਕੂਲ ਦੀ ਇੱਕ ਵਿਦਿਆਰਥਣ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਨ ਵਾਲੀ ਮ੍ਰਿਤਕ ਲੜਕੀ 12ਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਸਕੂਲ ਪ੍ਰਬੰਧਕ ਮੁਤਾਬਕ ਉਸਨੇ ਛੱਤ ਤੋਂ ਛਾਲ ਮਾਰ ਦਿੱਤੀ ਸੀ। ਲੜਕੀ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ। ਲੜਕੀ ਦੇ ਸਿਰ ਵਿੱਚ ਡੂੰਘੀ ਸੱਟ ਲੱਗੀ ਸੀ। ਉਸ ਤੋਂ ਬਾਅਦ ਉਸ ਨੂੰ ਉੱਥੇ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਇਸ ਦੇ ਨਾਲ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮਾਮਲੇ ਦੀ ਜਾਂਚ ਕਰਨ ਮੌਕੇ ਤੇ ਪਹੁੰਚ ਗਈ। ਖੁਦ ਨੂੰ ਐਗਜ਼ਾਮ 'ਚ ਜਾ ਕੇ ਪੁੱਛ ਰਹੀ ਹਾਂ, ਇਹ ਵੀ ਗੱਲ ਸਹੀ ਆ। ਆਹ ਦੇਖੋ, ਮੈਂ ਖੁਦ ਨੂੰ ਜਾ ਕੇ ਕਿਹਾ, ਬੇਟਾ ਤੈਨੂੰ ਕੋਈ ਪਰੇਸ਼ਾਨੀ ਹੈ? ਪਹਿਲਾਂ ਮਤਲਬ ਇੱਕ ਦੋ ਦਿਨ ਪਹਿਲਾਂ ਐਗਜ਼ਾਮ ਸੀਗੇ ਨਾ, ਤੂੰ ਢਿੱਲੀ ਢਿੱਲੀ ਜਿਹੀ ਸੀ ਕਾਫੀ ਦਿਨਾਂ ਤੋਂ। ਇੱਕੋ ਫਿਜ਼ੀਕਲੀ ਵੀਕ ਹੈ ਬੱਚੀ, ਸਪੈਕਸ ਲਗਾਉਂਦੀ ਹੈ, ਉਹਦੇ ਹਜੇ ਵੀ ਸਪੈਕਸ ਮੇਰੇ ਕੋਲ ਹੈ, ਉਹਦਾ ਬੈਗ ਮੇਰੇ ਕੋਲ ਹੈ, ਕਾਪੀ ਉਹ ਮੈਂ ਹੈਂਡ ਓਵਰ ਕਰਤੀ ਪੁਲਿਸ ਨੂੰ। ਜਿਹਦੇ ਵਿੱਚ ਉਹਦਾ ਬੱਚਾ ਨਹੀਂ, ਮੈਂ ਤਾਂ ਬਹੁਤ ਦੂਰ ਦੀ ਗੱਲ ਹਾਂ, ਮੇਰੇ ਟੀਚਰ ਤੱਕ ਨਹੀਂ ਹੱਥ ਲਾ ਸਕਦੇ। ਔਰ ਮੈਂ ਤੁਹਾਨੂੰ ਇਹ ਕਹਿ ਰਹੀ, ਜਦ ਅਸੀਂ ਬੱਚੇ ਨੂੰ ਥੱਪੜ ਨਹੀਂ ਮਾਰ ਸਕਦੇ, ਅਸੀਂ ਰਫ ਬੋਲ ਨਹੀਂ ਸਕਦੇ, ਤੁਹਾਨੂੰ ਲੱਗਦਾ ਅਸੀਂ ਇੱਦਾਂ ਦਾ ਗੁਨਾਹ ਕਰਾਂਗੇ ਬੱਚੇ ਨੂੰ ਧੱਕਾ? ਔਰ ਕਿਉਂ ਸਾਡਾ ਉਹਦੇ ਨਾਲ ਕੀ ਰੰਜਿਸ਼ ਹੈ? ਇੱਕ ਬੱਚੀ ਹੈ ਮੈਨੂੰ। ਤੇ ASI ਬਲਵਿੰਦਰ ਸਿੰਘ ਜੀ ਨੇ ਦੱਸਿਆ ਕਿ ਕੋਰੋਨਾ ਦੇ ਚੱਲਦਿਆਂ ਲੜਕੀ ਪੜ੍ਹਾਈ ਦੇ ਕਾਰਨ ਉਕਤ ਲੜਕੀ ਕਾਫੀ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਇਸ ਸੰਬੰਧੀ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮ੍ਰਿਤਕਾ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।